ਤਿੱਤਰੀਆਂ ਗੁੱਡੀਆਂ, ਸਮੱਗਰੀ ਕਲਰ ਪੈਨ, ਝਾੜੂ ਦੇ ਤੀਲੇ, ਰੰਗਦਾਰ ਕਾਗਜ਼, ਚੁੰਬਕ, ਲਚਕਦਾਰ ਤਾਰ, ਛੋਟੇ ਪੇਚ ਦੀ ਪੇਚਕਸ, ਵੱਖ ਵੱਖ ਰੰਗ ਦੀ ਉੱਨ, ਕਾਨੇ। ਇੱਕ 3 ਸੈਂਟੀਮੀਟਰ ਮੋਟੇ ਅਤੇ ਲੰਬੇ ਕਾਨੇ ਵਿੱਚ ਛੋਟਾ ਪੇਚ ਕੱਸੋ। ਦੂਜੇ ਪਾਸੇ ਵਿਚਕਾਰ ਇੱਕ ਖੱਟ ਲਗਾਓ। ਲਚਕਦਾਰ ਤਾਰ ਦੇ ਹੱਥ ਬਣਾ ਕੇ ਇਸ ਖੱਟ ਵਿੱਚ ਫਸਾਓ। ਇੱਕ ਗੁੱਡੇ ਦਾ ਚਿਹਰਾ ਬਣਾ ਕੇ ਵੀ ਕੱਟ ਵਿੱਚ ਫਸਾਓ। ਇਸੇ ਤਰ੍ਹਾਂ ਇੱਕ ਗੁੱਡੀ ਵੀ ਬਣਾਓ। ਹੁਣ ਤੀਲੇ ਉੱਪਰ ਉੱਨ ਲਪੇਟ ਕੇ ਗੁੱਡੀਆਂ ਦੀ ਵਰਦੀ ਬਣਾਓ। ਇਸ ਨਾਲ ਗੁੱਡੀਆਂ ਬਹੁਤ ਸੁੰਦਰ ਦਿਸਣ ਲੱਗ ਜਾਣਗੀਆਂ। ਦੋਵਾਂ ਗੁੱਡੀਆਂ ਨੂੰ ਇੱਕ ਇੱਕ ਚੁੰਬਕ ਉੱਪਰ ਖੜ੍ਹੇ ਕਰ ਦਿਓ। ਇੱਕ ਮੋਟੇ ਕਾਗਜ਼ ਦੀ ਸ਼ੀਟ ਉੱਪਰ ਗੁੱਡੀਆਂ ਖੜ੍ਹੀਆਂ ਕਰਕੇ ਹੇਠਾਂ ਚੁੰਬਕ ਨੂੰ ਇੱਧਰ ਉੱਧਰ ਹਿਲਾਓ। ਤੁਹਾਨੂੰ ਨੱਚਦੀਆਂ ਹੋਈਆਂ ਗੁੱਡੀਆਂ ਦਿਸਣਗੀਆਂ। ਇਹ ਬਹੁਤ ਹੀ ਵਧੀਆ ਦ੍ਰਿਸ਼ ਬਣੇਗਾ।